ਇਹ ਸ਼ਾਰਟ ਫਿਲਮ ਸਰਦਾਰ ਪ੍ਰੀਤਮ ਸਿੰਘ ਐਸਐਸਪੀ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਗਠਿਤ ਕੀਤੇ ਗਏ ਟ੍ਰੈਫਿਕ ਸਿੱਖਿਆ ਸੈੱਲ ਵੱਲੋਂ ਬਣਾਈ ਗਈ ਹੈ। ਇਸ ਫਿਲਮ ਦਾ ਮੰਤਵ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਜਲਦੀ ਕਰੋ ਜਲਦੀ। ਚਲੋ ਚਲੋ ਬਲਦੇਵ ਜੀ, ਜਲਦੀ ਹਸਪਤਾਲ ਲੈ ਕੇ ਚਲੋ। ਕਿੱਥੇ ਹੈ ਮੇਰਾ ਪੁੱਤ? ਡਾਕਟਰ ਸਾਹਿਬ, ਮੇਰਾ ਬੱਚਾ ਠੀਕ ਤਾਂ ਹੈ ਨਾ? ਬਿਲਕੁਲ ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਬੱਚੇ ਨੂੰ ਬਚਾ ਲਿਆ। ਧੰਨਵਾਦ ਤੁਸੀਂ ਇਹਨਾਂ ਕਾਬਲ ਪੁਲਿਸ ਵਾਲਿਆਂ ਦਾ ਕਰੋ, ਜਿਨ੍ਹਾਂ ਨੇ ਆਪਣਾ ਕੀਮਤੀ ਬਲੱਡ ਦੇ ਕੇ ਤੁਹਾਡੇ ਬੱਚੇ ਦੀ ਜਾਨ ਬਚਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਥਾਣੇਦਾਰ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜੇ ਸ਼ਬਦਾਂ ਚ ਤੁਹਾਡਾ ਧੰਨਵਾਦ ਕਰਾਂ। ਤੁਸੀਂ ਜੋ ਸਾਡੇ ਲਈ ਕੀਤਾ, ਅਸੀਂ ਤਾਂ ਜੋ ਕੀਤਾ ਸੋ ਕੀਤਾ, ਪਰ ਤੁਸੀਂ ਤਾਂ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਅਸੀਂ ਅਜਿਹਾ ਕੀ ਕੀਤਾ? ਜਦੋਂ ਨਾਕੇ ਤੇ ਅਸੀਂ ਰੋਕਿਆ ਸੀ, ਮੈਨੂੰ ਫੋਨ ਤੇ ਧਮਕੀਆਂ ਤੁਸੀਂ ਦੇ ਰਹੇ ਸੀ ਨਾ। ਦੱਸ ਲੈ ਕੇ ਕਿੱਥੇ ਜਾਣਾ ਤੂੰ? ਚੱਲ ਸਾਹਿਬ ਬੋਲ, ਚੱਲ ਚੱਲ ਜਾਓ ਮੁੰਡੇ। ਟ੍ਰੈਫਿਕ ਰੂਲਾਂ ਦੀ ਉਲੰਘਣਾ ਵੀ ਕਰੋ ਤੇ ਤਿੰਨ ਜਾਣੇ ਵੀ ਬੈਠੋ, ਨਸ਼ਾ ਵੀ ਕਰੇ ਤੇ ਪੁਲਿਸ ਤੁਹਾਨੂੰ ਰੋਕੇ ਵੀ ਨਾ। ਥਾਣੇਦਾਰਾ, ਲੱਗਦਾ ਪਹਿਚਾਣਿਆ ਨਹੀਂ ਤੂੰ ਮੈਨੂੰ। ਤੇਰੀ ਪਹਿਚਾਣ ਬਾਅਦ ਚ ਦੇਖੂ, ਪਹਿਲਾਂ ਕਾਗਜ਼ ਦਿਖਾ। ਕਾਗਜ਼ ਹੁਣੇ ਦਿਖਾਉਣਾ ਤੈਨੂੰ, ਆ ਮੈਨੂੰ ਇੱਕ ਵਾਰ ਫੋਨ ਤਾਂ ਕਰਨ ਦੇ, ਦਿਖਾਉਣਾ ਤੈਨੂੰ ਆਪਣੀ ਪਾਵਰ। ਹਾਂ ਬੋਲੋ ਕਾਕਾ ਜੀ। ਉਹ ਬਸ ਕੁਛ ਨੀ ਅੰਕਲ ਜੀ, ਉਹ ਬਸ ਉਹ ਪੁਲਿਸ ਵਾਲਿਆਂ ਨੇ ਘੇਰ ਲਿਆ ਸੀ। ਤੂੰ ਮੇਰਾ ਨਾਂ ਲੈ ਦੇ ਪੁੱਤਰ। ਹਾਂ ਹਾਂ ਅੰਕਲ ਜੀ, ਅੰਕਲ ਜੀ ਮੈਂ ਤੁਹਾਡੇ ਬਾਰੇ ਸਭ ਕੁਝ ਦੱਸਿਆ, ਉਹ ਸਮਝਦੇ ਨੀ ਪਿਆ ਗੱਲ ਨੂੰ। ਅੱਛਾ, ਨਾ ਕਰਾ ਮੇਰੀ ਗੱਲ ਉਹਦੇ ਨਾਲ। ਹੈਲੋ। ਹਾਂ ਥਾਣੇਦਾਰਾ, ਤੈਨੂੰ ਮੁੰਡਿਆਂ ਨੇ ਜਦੋਂ ਨਾਂ ਹੀ ਮੇਰਾ ਲੈਤਾ ਤੇ ਫਿਰ ਕਿਉਂ ਬਾਈ ਬੈਠਾ ਨਾ? ਅਰੇ ਇਹਨਾਂ ਨੇ ਨਸ਼ਾ ਕੀਤਾ ਹੋਇਆ ਜੀ। ਛੱਡੋ ਥਾਣੇਦਾਰ ਸਾਹਿਬ, ਇਹ ਕਿਹੜੀਆਂ ਗੱਲਾਂ ਨੇ? ਆਹੀ ਤਾਂ ਉਮਰ ਆ ਨਸ਼ੇ ਕਰਨ ਦੀ, ਸ਼ੁਕਲ ਮੇਲੇ ਕਰਨ ਦੀ, ਨਾ ਹੋਰ ਬੁੱਢੇ ਬਾਰੇ ਕਰਨਗੇ। ਛੱਡ ਦੇ ਆਪਣੇ ਬੰਦੇ। ਪਰ ਸਰ, ਮੇਰੇ ਨਾਲ ਜਬਾਨ ਨੀ ਲਾਉਣੀ, ਤੂੰ ਜਾਣਦਾ ਨੀ ਮੇਰੀ ਪਾਵਰ। ਸਸਪੈਂਡ ਕਰ ਦੂੰ, ਸਸਪੈਂਡ। ਓਕੇ ਸਰ, ਓਕੇ।
ਹੱਥਾਂ ਫੜੋ ਏ, ਦਫਾ ਹੋ ਜਾਓ, ਚਲੋ। ਦੇਖ ਰਹੇ ਕਾਗਜ਼, ਚਲੋ ਮੁੰਡੇ। ਕੀ ਕਰੀਏ ਲਖਵੀਰ ਸਿਆਂ, ਕਈ ਵਾਰੀ ਡਿਊਟੀ ਚ ਵੀ ਨਾ ਮਜਬੂਰੀ ਚ ਇਹੋ ਜਿਹੇ ਸਮਝੌਤੇ ਕਰਨੇ ਪਏ। ਰੋਕੋ ਸਾਈਡ ਤੇ, ਲਵਾਓ ਗੱਡੀ ਸਾਈਡ ਤੇ। ਹੁਣ ਵੇਖ ਲਿਆ ਨਤੀਜਾ? ਸਾਨੂੰ ਮਾਫ ਕਰ ਦੇ ਥਾਣੇਦਾਰ ਸਾਹਿਬ, ਅਸੀਂ ਰਾਜਨੀਤਿਕ ਵਿਸ਼ੇ ਤੇ ਪੈਸੇ ਦੇ ਨਸ਼ੇ ਵਿੱਚ ਇੰਨੇ ਅੰਨੇ ਹੋ ਗਏ ਸੀ, ਸਭ ਨੂੰ ਟਿੱਚ ਸਮਝਣ ਲੱਗ ਗਏ। ਸਾਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਗੁਜਾਰਿਸ਼ ਕਰਦਾ, ਪੁਲਿਸ ਨੂੰ ਆਪਣੀ ਡਿਊਟੀ ਕਰਨ ਦਿਓ। ਪੁਲਿਸ ਤਾਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਹੱਸਦਾ ਦੇਖਣਾ ਚਾਹੁੰਦੀ ਹੈ। ਇਹੋ ਜਿਹੇ ਹੁੱਲੜਬਾਜ਼ਾਂ ਵਾਸਤੇ ਸਾਨੂੰ ਫੋਨ ਨਾ ਕਰੋ। ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਨੌਜਵਾਨਾਂ ਦਾ। ਆਓ ਚੱਲੀਏ ਥਾਣੇਦਾਰ ਸਾਹਿਬ, ਆਪਾਂ ਆਪਣੀ ਡਿਊਟੀ ਕਰੀਏ। ਮੈਂ ਤੁਹਾਨੂੰ ਵੀ ਕਹਿਣਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੁਹਾਡੀ ਮੌਤ ਹੈ, ਆਪਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ।